ਤੇਰਾ ਬਾਬਾ ਨਾਨਕ ਦੇ ਅਧੀਨ ਪੈਂਦੇ ਪਿੰਡ ਨਿੱਕੋ ਸਰਾ ਦੇ ਇੱਕ ਅੰਗਹੀਣ ਵਿਅਕਤੀ ਦੀ ਸ਼ੱਕੀ ਹਾਲਾਤਾਂ ਵਿੱਚ ਕਿਰਨ ਨਾਲੇ ਵਿੱਚ ਡੁੱਬਣ ਦੀ ਘਟਨਾ ਵਾਪਰੀ ਹੈ। ਜਾਣਕਾਰੀ ਮੁਤਾਬਕ ਸ਼ਾਹਪੁਰ ਜਾਜਨ ਕਿਰਨ ਨਾਲੇ ਦੇ ਨੇੜੇ ਇੱਕ ਅੰਗਹੀਣ ਦਾ ਟ੍ਰਾਈਸਾਈਕਲ ਪੰਨਾ ਤੇ ਬੂਟ ਵਿਖਾਈ ਦਿੱਤੇ, ਜਿਸ ਦੀ ਜਾਣਕਾਰੀ ਜਦ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਨੂੰ ਦਿੱਤੀ ਗਈ ਤਾਂ SHO ਅਨਿਲ ਪਵਾਰ ਆਪਣੀ ਪੁਲਿਸ ਪਾਰਟੀ ਸਮੇਤ ਘਟਨਾ ਵਾਲੀ ਥਾਂ ਤੇ ਪਹੁੰਚੇ ਅਤੇ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਪਰਿਵਾਰਕ ਮੈਂਬਰਾਂ ਨੇ ਬੂਟ ਤੇ ਟ੍ਰਾਈਸਾਈਕਲ ਤੋਂ ਬਲਵਿੰਦਰ ਸਿੰਘ ਪੁੱਤਰ ਗੁਲਜਾਰ ਸਿੰਘ ਵਾਸੀ ਪਿੰਡ ਨਿੱਕੋਸਰਾਂ ਦੀ ਪਹਿਚਾਣ ਕੀਤੀ ਹੈ। ਹਾਂਜੀ ਸੱਚੀ, ਮੈਂ ਗੁਰਦੁਆਰਾ ਸਾਹਿਬ ਆ ਕੇ ਅਤੇ ਮੈਂ ਪ੍ਰਸ਼ਾਦਾ ਪਾਣੀ ਛਾ ਕੇ ਲੰਮਾ ਪਿਆ ਅਤੇ ਮੈਨੂੰ ਜਾ ਕੇ ਮੁੰਡੇ ਨੇ ਦੱਸਿਆ ਕਿ ਬਾਬਾ ਜੀ ਉਹ ਤੁਹਾਡਾ ਪੱਪੂ ਜਿਹੜਾ ਉਹਦਾ ਸ਼ਾਗਲ ਸੱਕੀ 'ਤੇ ਲੱਗਾ। ਉਸੇ ਵੇਲੇ ਮੈਂ ਭੱਜ ਆਇਆ, ਮੈਂ ਆ ਕੇ ਵੇਖਿਆ ਤਾਂ ਇੱਥੇ ਆਉਂਦਿਆਂ ਨੂੰ ਮੁਲਾਜ਼ਮ ਹੀ ਆਏ ਸੀ, ਬੰਦੇ ਇੱਥੋਂ ਆਏ, ਬੰਦਾ ਜਿਹੜਾ ਇੱਥੋਂ ਡਿੱਗਾ ਹੈ। ਕੋਈ ਗੱਲ ਨਹੀਂ ਸਰ ਜੀ, ਅਸੀਂ ਤਾਂ ਬੱਚਿਆਂ ਨੂੰ ਰੱਖਿਆ ਉਹਨੂੰ, ਕੋਈ ਗੱਲ ਹੀ ਨਹੀਂ। ਕਿੰਨੀ ਉਮਰ ਦਾ? ਮੇਰੀ 41 ਸਾਲ ਉਮਰ ਹੈ, ਮੇਰੇ ਤੋਂ 2 ਸਾਲ ਵੱਡਾ ਉਹ। ਹਾਂਜੀ ਹਾਂਜੀ। ਨਹੀਂ ਕੁਆਰਾ ਜੀ, ਵਿਆਹ ਨਹੀਂ ਹੋਇਆ, ਹੈਂਡੀਕੈਪ ਜੀ। ਪਹਿਲਾਂ ਤਾਂ ਰਹੀ ਮੈਂ ਸਬਜ਼ੀ ਅਤੇ ਮੈਂ ਰੋਟੀ ਖਾ ਕੇ ਅਤੇ ਬਹਿ ਜਾ, ਫਿਰ ਜਾਈ ਜੇ ਬਾਹਰ ਅੰਦਰ ਜਾਣਾ। ਰੋਟੀ ਸਬਜ਼ੀ ਰਿਧੀ, ਰੋਟੀ ਖਾਧੀ ਆ, ਪਾਣੀ ਪੀਤਾ ਆ, ਸਭ ਕੁਛ। ਬਾਹਰ ਨੂੰ ਗਿਆ ਪਿਸ਼ਾਬ ਕਰਨ, ਫਿਰ ਅੰਦਰ ਚਲ ਗਿਆ। ਫਿਰ ਪਤਾ ਨਹੀਂ ਵੀ ਕਿਹੜੇ ਵੇਲੇ ਮੈਂ ਕੰਮ ਕਰਨ ਡਿਆ ਵੀ ਅੰਦਰ ਭਾਂਡੇ ਛੱਡਣੇ ਦਾ। ਕੱਲ੍ਹ ਮਿਤੀ 10 ਨੂੰ ਇੱਕ ਸਾਡੇ ਕੋਲ ਇਨਫੋਰਮੇਸ਼ਨ ਮਿਲੀ ਕਿ ਪਿੰਡ ਨਿੱਕੋਸਰਾਂ ਦਾ ਕੋਈ ਪਲਵਿੰਦਰ ਸਿੰਘ ਨਾਂ ਦਾ, ਸਾਨੂੰ ਗੁਲਜਾਰ ਸਿੰਘ, ਏਜ 45 ਸਾਲ, ਹੈਂਡੀਕੈਪ, ਉਹਦਾ ਟ੍ਰਾਈਸਾਈਕਲ ਸੱਕੀ ਦੇ ਲਾਗੇ ਖੜ੍ਹਾ ਅਤੇ ਮਿਸ ਹੋ ਗਿਆ। ਇਹ ਵੀ ਇਨਫੋਰਮੇਸ਼ਨ ਮਿਲੀ ਕਿ ਉਹਨੇ ਦਰਿਆ ਸੱਕੀ 'ਚ ਛਾਲ ਮਾਰ ਦਿੱਤੀ ਹੈ। ਕੱਲ੍ਹ ਤੋਂ ਲੈ ਕੇ ਅਤੇ ਹੁਣ ਤੱਕ ਲਗਾਤਾਰ ਪ੍ਰਸ਼ਾਸਨ ਪਿੰਡ ਵਾਲਿਆਂ ਦੀ ਮਦਦ ਦੇ ਨਾਲ ਜਿਹੜਾ ਉਹਦੀ ਭਾਲ ਕਰ ਰਿਹਾ। ਇਸ ਕੰਮ ਵਿੱਚ ਪਿੰਡ ਨਿੱਕੋਸਰਾਂ, ਸ਼ਾਹਪੁਰ ਜਾਜਨ ਦੇ ਜਿੰਨੇ ਵੱਧ ਤੋਂ ਵੱਧ ਲੋਕ ਨੇ ਉਹ ਪੂਰਾ ਸਹਿਯੋਗ ਕਰ ਰਹੇ ਨੇ। ਪਿੱਛੋਂ ਹੈੱਡਵਰਕਸ ਅਲੀਵਾਲ ਤੋਂ ਨਹਿਰ ਵੀ ਬੰਦ ਕਰਵਾਈ ਗਈ ਹੈ, ਪੂਰੀ ਸਰਗਰਮੀ ਨਾਲ ਉਹਦੀ ਭਾਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਨਾਲ ਲੱਗਦੇ ਡੇਰੇ ਪਿੰਡਾਂ ਦੇ ਵਿੱਚ ਗੁਰਦੁਆਰਾ ਸਾਹਿਬ 'ਚ ਅਨਾਊਂਸਮੈਂਟ ਵੀ ਕਰਵਾਈ ਗਈ ਹੈ ਕਿ ਕਈ ਵਾਰੀ ਹੋ ਸਕਦਾ ਹੈ ਕਿ ਇਸ ਤਰ੍ਹਾਂ ਨਾਂ ਦਾ ਹੈਂਡੀਕੈਪ ਕੋਈ ਵਿਅਕਤੀ ਇਸ ਤਰ੍ਹਾਂ ਮਿਲ ਜੇ ਅਤੇ ਜੋ ਵੀ ਇਨਫੋਰਮੇਸ਼ਨ ਹੋਏਗੀ ਉਹ ਸਾਰਿਆਂ ਨਾਲ ਸ਼ੇਅਰ ਕਰਕੇ ਬਣਦੀ ਕਾਰਵਾਈ ਜੋ ਵੀ ਕੀਤੀ ਜਾਏਗੀ। ਧੰਨਵਾਦ। ਕੋਟਲੀ ਸੂਰਤ ਮੱਲੀ ਤੋਂ ਆਸ਼ਕ ਰਾਜ ਮੱਲਾ ਦੀ ਰਿਪੋਰਟ, ਪੰਜਾਬ ਟੂਡੇ।